रोड़ा साहब ताडे दिन थोड़े हो गए भाई, ताडा पत्ता कटिया गया रोड़ा साहब, सईया ने ऑर्डर देता बस हुण लै वेखी जा, हुण तू वेखी जा, तेनू पंजाबों ही सईया ने चक देना, हुण तेनू पता नहीं लगना आया किधरों, 47 दा फैर दे गया निकलिया किदों। तुहानू कंबल कोटी फिलहाल लगी सी ना, एक थप्पड़ पिया सी निशांत शर्मे नू, ओ ही बहुत सी, पर तू जरा बंदरां तरह नचण डिया ना, तेनू बड़ा महंगा पै गया, तेरा पत्ता कटिया गया, हुण तेरे दिन जिहड़े आ वो पुट्ठी गिनती शुरू कर ला, उधर नू वेखी जा हुण, तू बणदा की तेरे नाल। ते मैं तेनू एक गल होर दसा, खालिस्तान बनना ही बनना, खालिस्तान असी ताडी हिक दे उत्ते गोडा रख के लैणा, खालिस्तान बनेगा, पंजाब अलग होएगा, पंजाब ताडे प्यो दा, साडी माँ दा पंजाब आ, पंजाब साडा, खालिस्तान साडा, कैसरी झंडा हर जगह लगेगा, ते बांदर सीना दे जिहड़े चार टट्टू फिरदे आ ना, ये इन्हां नू इत्थे जुत्तियां मार के असी कढ़ना इन्हां दे, जिहड़ा वी तुसी उसे जंगल दे विच, तुस तुहाडा बांदरां दा की इत्थे रहण ते सहण आ, जदों वेखो चार छलारू कट्ठे करके तुसी कुत्ते तरह भौंकना शुरू कर दिंदे हो। तैनू मैं हुण दसण डिया ना, तेरा पत्ता तां कटिया गया, खालिस्तानियां तैनू चक देना, पुन्नू नू तुसी आवाजां मार देना, गुरपतवंत सिंह पुन्नू नू, पुन्नू आवे, ओ पुन्नू इंडिया दे विच आ के मुड़ गया, तुहानू पता ही नहीं लगा, पुन्नू इंडिया विच आया मुड़ गया, तुहानू पता नहीं लगा, तुसी फुद्दू इस गल दा पता नहीं लगता। हुण तुसी साडा अगला टारगेट वेखियो की हुंदा, फिर दस दें तेनू, सबर कर, ओ पैं दा हुण काल चुकना, तेनू हिम्मत दा तेरी दा पता लगे, ਭਿੰਡਰਾਂ ਵਾਲੇ ਦਾ ਨਾਂ ਚੱਕਣ ਤੋਂ ਪਹਿਲੇ ਆਪਣਾ ਮੂੰਹ ਹੱਥ ਪੈਰ ਧੋ ਕੇ ਫਿਰ ਨਾਂ ਚੱਕਿਆ ਕਰ, ਵੱਡਾ ਤੂੰ ਸਾਲਾ ਲੱਗਦਾ ਖਾਲਿਸਤਾਨੀਆਂ ਦਾ, ਤੈਨੂੰ ਕਿਹੜੀ ਲੋੜ ਆ ਖਾਲਿਸਤਾਨੀਆਂ ਦੇ ਬਾਰੇ 'ਚ ਬਕਵਾਸ ਕਰਨ ਦੀ, ਚੁੱਪ ਟਕਲਾ, ਕਾਲ ਚੁੱਕ ਨਾ ਮੈਂ ਤੇਰੇ ਨਾਲ ਗੱਲ ਕਰਨੀ, ਕਾਲ ਚੁੱਕ ਤੂੰ, ਤੇਰੀ ਢੂਈ ਦੇ ਵਿੱਚ ਅਸੀਂ ਗੋਲੀ ਨਗਾਉਣੀ ਆ ਦੇਖ ਲਈ, ਆ ਬੇਅੰਤ ਸਿੰਘ ਵਰਗੇ ਜਿਹੜੇ ਤੁਸੀਂ ਉਹਨਾਂ ਨੂੰ ਤਾਂ ਅਸੀਂ ਚੁੱਕ ਦਿੱਤਾ, ਇੰਦਰਾ ਗਾਂਧੀ ਵਰਗੇ ਜਿੱਦਾਂ ਜਿਹੜੇ ਵੀ ਸੀ, ਕੁੱਤਾ ਜਿਹੜਾ ਕੁੱਤਾ ਖੰਘਿਆ ਸੀ ਉਹਨ ਸਿੰਘਾਂ ਟੰਗਿਆ ਸੀ, ਤੈਨੂੰ ਪਤਾ ਹੀ ਆ, ਅਤੇ ਸਿੰਘ ਤੈਨੂੰ ਵੀ ਟੰਗ ਦੇਣਗੇ, ਤੇਰੇ ਦਿਨ ਥੋੜ੍ਹੇ ਗਿਣੇ ਗਏ ਬਾਈ, ਤੇਰਾ ਪੱਤਾ ਕੱਟਿਆ ਗਿਆ, ਬਸ ਕਾਲ ਚੁੱਕ ਜੇ ਹਿੰਮਤ ਹੈ ਤੇ ਕਾਲ ਚੁੱਕ। ਤੈਨੂੰ ਪਹਿਲੇ ਵੀ ਸਮਝਾਇਆ ਵੀ ਤੂੰ ਬੰਦੇ ਦਾ ਪੁੱਤਰ ਬਣ ਜਾ, ਪਹਿਲੇ ਸੂਰੀ ਮਾਰਿਆ ਗਿਆ ਅਤੇ ਉਸ ਤੋਂ ਪਹਿਲੇ ਜਿਹੜਾ ਉਹਨੂੰ ਕੁੱਟ ਪਈ ਆ ਭਾਈ ਜਗਤਾਰ ਸਿੰਘ ਹਵਾਰਾ ਕੋਲੋਂ, ਤੇ ਹੁਣ ਤੇਰਾ ਕਿਤੇ ਲੰਬਰ ਨਾ ਲੱਗ ਜਾਵੇ, ਇਹ ਯਾਦ ਰੱਖੀ, ਮੌਤ ਦੇ ਝੱਗ ਵਾਂਗੂ ਬਹਿ ਜਾਏਗਾ ਤੂੰ ਮੁੜ ਕੇ, ਫਿਰ ਤੈਨੂੰ ਇਹ ਚੁਣੌਤੀ ਦਿੰਦੇ ਅਸੀਂ, ਤੈਨੂੰ ਬੜੇ ਪ੍ਰੇਮ ਨਾਲ ਸਮਝਾਉਣ ਡਏ ਹਾਂ, ਤੂੰ ਬੰਦਾ ਬਣ ਜਾ, ਇੰਨੀ ਤੈਨੂੰ ਕੁੱਟ ਪੈਣੀ ਹੈ ਨਾ, ਤੂੰ ਉੱਤਰ ਪ੍ਰਦੇਸ਼ ਵਾਲੇ ਪਾਸੇ ਨੱਸ ਜਾਣਾ, ਇਹ ਤੈਨੂੰ ਮੈਂ ਅੱਜ ਸਮਝਾਉਣ ਡਿਆ, ਨੰਬਰ ਭਾਵੇਂ ਮੇਰਾ ਪਾਕਿਸਤਾਨ ਦਾ ਹੀ ਆ ਪਰ ਬੋਲਣ ਮੈਂ ਇੰਡੀਆ 'ਚ ਡਿਆ, ਪੰਜਾਬ 'ਚੋਂ, ਖਾਲਿਸਤਾਨ 'ਚੋਂ, ਤੈਨੂੰ ਮੈਂ ਬੰਦਿਆਂ ਦੇ ਬੱਚਿਆਂ ਤਰ੍ਹਾਂ ਸਮਝਾਉਣ ਡਿਆ। ਉਹ ਭੈਣ ਯੱਖਾ ਤੈਨੂੰ ਫੈਰ ਲੱਗ ਜਾਣਾ, ਤੂੰ ਹਟ ਜਾ, ਮੈਂ ਤੈਨੂੰ ਦੱਸਣ ਡਿਆ ਤੈਨੂੰ ਫੈਰ ਲੱਗ ਜਾਣਾ, ਤੂੰ ਪਿੱਛੇ ਹਟ ਜਾ, ਤੈਨੂੰ ਬਹੁਤ ਵੱਜਣੀਆਂ ਮਨੂਸ ਆਦਮੀ, ਤੈਨੂੰ ਬਹੁਤ ਵੱਜਣੀਆਂ, ਤੇਰਾ ਪੱਤਾ ਕੱਟਿਆ ਗਿਆ, ਬਸ ਤੇਰੇ ਦਿਨ ਬੜੇ ਥੋੜੇ ਨੇ। ਜਿਹੜੀਆਂ ਗੱਲਾਂ ਤੂੰ ਕਹਿਣ ਡਿਆ ਨਾ, ਹੁਣ ਇਹ ਦੁੱਧ ਪੀਂਦੇ ਜਵਾਕ ਕਰਦੇ ਆ, ਸਿਆਣਾ ਬੰਦਾ ਨਹੀਂ ਇਹ ਗੱਲ ਕਰਦਾ, ਅਤੇ ਮੇਰਾ ਪੁੱਤਰ ਹੁਣ ਵੇਲਾ ਲੰਘ ਗਿਆ, ਹੁਣ ਉਹ ਪੰਜਾਬ 84 ਵਾਲਾ ਪੰਜਾਬ ਨਹੀਂ, ਹੁਣ ਤੁਹਾਡਾ ਵੱਟੇ ਦਾ ਜਵਾਬ ਇੱਟ ਨਾਲ ਅਸੀਂ ਦੇਣਾ ਜਾਣਦੇ ਹਾਂ, ਅਤੇ ਬਸ ਆਪਣੀਆਂ ਧੋਤੀਆਂ ਹੁਣ ਘੱਸ ਲਓ ਅਤੇ ਨੱਸਣ ਦੀ ਤਿਆਰੀ ਕਰੋ ਇੱਥੋਂ, ਇਸ ਪੰਜਾਬ 'ਚ ਜਿਹੜਾ ਤੁਸੀਂ ਗੰਦ ਪਾਇਆ, ਜਿਹੜੀਆਂ ਇਹ ਤੁਸੀਂ ਬਾਂਦਰ ਸੈਨਾ ਦੀਆਂ ਜੱਥੇਬੰਦੀਆਂ ਬਣਾਈਆਂ ਨਾ, ਇਹ ਸਾਰੀਆਂ ਨਿਕਲ ਜਾਣਗੀਆਂ ਤੁਹਾਡੀਆਂ, ਜੇ ਤੁਸੀਂ ਜੱਥੇਬੰਦੀ ਬਣਾ ਸਕਦੇ ਹੋ ਨਾ, ਤਾਂ ਇੱਧਰ ਬੱਬਰ ਖਾਲਸਾ ਅਤੇ ਵਾਰਸ ਪੰਜਾਬ ਦੇ ਅਤੇ ਖਾਲਿਸਤਾਨੀ ਗਰੁੱਪ ਅਤੇ ਖਾਲਿਸਤਾਨੀ ਟਾਈਗਰ ਸਾਰੇ ਇੱਕ ਹੀ ਆ ਹੁਣ, ਅਤੇ ਕੰਮ ਉਹਨਾਂ ਦਾ ਇਹੀ ਆ ਵੀ ਬਾਂਦਰ ਸੈਨਾ ਨੂੰ ਇੱਥੋਂ ਬਾਹਰ ਕੱਢਣਾ, ਸਮਝ ਲੱਗੀ ਤੈਨੂੰ? ਉਹ ਫੋਨ ਚੁੱਕ, ਫੋਨ ਇੱਕ ਵਾਰੀ ਫੋਨ ਤਾਂ ਚੁੱਕ, ਲੱਤਾਂ ਤੇਰੀਆਂ ਕੰਬਣ ਲੱਗ ਪਈਆਂ ਲੱਗਦਾ, ਫੋਨ ਤਾਂ ਚੁੱਕ ਇੱਕ ਵਾਰੀ, ਫੋਨ ਚੁੱਕ, ਤੁਹਾਡੀ ਨੀਂਦਾਂ ਦੇ ਵਿੱਚ ਵੀ ਅੰਮ੍ਰਿਤ ਪਾ ਲਊਗਾ, ਹੁਣ ਵੇਖੀ ਜਾ ਤੂੰ, ਬਸ ਅੱਜ ਮੇਰੀ ਗੱਲ ਲਿਖ ਕੇ ਰੱਖ ਲਾ ਜਾਂ ਮੀਡੀਆ ਦੇ ਉੱਤੇ ਕਹਿ ਦੇ,
खालिस्तानिया ने मैनू थ्रैट्स दे दी, धमकी दे दी है। आ साल पहले तेन दसिया सी भी आ जड़े सूरी वर्गे तो ले फिर ना इन्हों असी उत्थे फैर मारना भी तेन लाश भी नहीं लभनी। आ वेख्या ना साल पहले तेन आख्या ही तां वीडियो रिकॉर्ड करके मैं भेजी है। हुण रोंदा रह बैग वेख के रोंदा रह, तेरा भी पुत पत्ता कटिया गया। तू वेखी जा हुण बब्बर खालसा किहड़े पासों आंदी है। आ सूरी भी इदां ही गाला गूला कढ़दा हुंदा सी पाकिस्तान नूं, ते पाकिस्तान आलिया ने उन्हूं उत्थे पहुँचाता जिथों निकलिया सी। वेखी फिर पाकिस्तान आलिया दी पहुँच। तैनू मैं यही कहन दिया ਇਹ ਤੂੰ ਖਾਲਿਸਤਾਨੀਆਂ ਦੇ ਬਾਰੇ ਨਾ ਬੋਲ, ਪਰਾਂ ਹਟ ਜਾ, ਪਰਾਂ ਹਟ ਜਾ, ਇਹਦੇ ਮਾਰਿਆ ਜਾਏਗਾ ਐਵੇਂ। ਆ ਤੇਰੀ ਇੰਨੀ ਔਕਾਤ ਨਹੀਂ ਗੀ ਮੂਤ ਪੀਣ ਵਾਲਿਆ, ਉਹ ਮੇਰਿਆ ਸਾਲਿਆ। ਤੈਨੂੰ ਪਤਾ ਸੂਰੀ ਮਰਨ ਨਾਲ ਕੀ ਹੋਏਗਾ? ਸੂਰੀ ਮਰਨ ਦੇ ਨਾਲ ਕੋਈ 40-50 ਕੁੱਤੇ ਬਿੱਲੇ ਤਾਂ ਪਰੇ ਹਟ ਜਾਣਗੇ। ਵੀ ਇੱਥੇ ਤਾਂ ਮਾਮਲਾ ਬਹੁਤ ਗਰਮ ਹੋਇਆ, ਅਤੇ ਇਹਦੇ ਨਾਲ ਚੰਗਾ ਪਿੱਛੇ ਹਟ ਜਾਈਏ, ਕਿਤੇ ਸਾਨੂੰ ਵੀ ਕੋਈ ਗੋਲੀ ਛੋਲੀ ਨਾ ਵੱਜ ਜਾਵੇ। ਇੱਦਾਂ ਬਾਂਦਰ ਸੀਨਾ ਇੱਥੋਂ ਮੁੱਕ ਜਾਣੀ ਆ। ਅਤੇ ਦੂਜੀ ਗੱਲ ਰਹਿ ਗਈ ਹਥਿਆਰ ਦੀ, ਆਹ ਜਿਹੜੇ ਥਾਣੇ ਆ ਤੁਹਾਡੇ, ਇਹ ਚਾਰ ਖਾਲਿਸਤਾਨੀ ਰਲ ਕੇ ਚੱਲ ਜਾਣ ਨਾ, ਨਿਹੰਗ ਸਿੰਘ ਰਲ ਕੇ ਚਲੇ ਜਾਣ, ਅਤੇ ਉਹ ਸਾਰੇ ਥਾਣੇ ਵਾਲੇ ਪਿੱਛੇ ਹੋ ਜਾਂਦੇ ਆਪਣੇ ਹਥਿਆਰ ਛੱਡ ਕੇ। ਉਹ ਹਥਿਆਰ ਹੀ ਤੁਹਾਡੇ 'ਤੇ ਇਸਤੇਮਾਲ ਹੋਣੇ। 84 ਵਾਲੀ ਗੱਲ ਭੁੱਲ ਜਾਓ, ਇਹ 2022 ਚੱਲਣ ਡਿਆ। ਵੇਖੀ ਜਾ ਤੂੰ ਹੁਣ ਕੱਬਣਦਾ ਕੀ ਤੇਰੇ ਨਾਲ। ਆਹ ਜਿਹੜੇ ਬਾਕੀ ਜਿਹੜੇ ਮੱਥੇ ਦੇ ਉੱਤੇ ਲਾਲ ਮੂਤ ਜਿਹਾ ਲਾ ਕੇ ਫਿਰਦੇ ਆ ਨਾ, ਇਹ ਸਾਰੇ ਕੱਟੇ ਜਾਣੇ ਆ। ਆ ਵੇਖੀ ਜਾ ਬਸ ਤੂੰ। ਉਹ ਕਾਲ ਚੱਕ, ਉਹ ਦੀ ਦਿਆ ਭੈਣ ਚੱਕਾ, ਹੁਣ ਕਾਲ ਚੱਕ ਤੈਨੂੰ ਮੈਂ ਉੱਥੇ ਠਕਵਾ ਦੇਣਾ ਜਿੱਥੋਂ ਤੂੰ ਨਿਕਲੇ ਆ। ਦੇਖ ਸਮਝ ਆਉਂਦੀ ਪਈ ਆ, ਮੁੜ ਕੇ ਖਾਲਿਸਤਾਨੀਆਂ ਦੇ ਬਾਰੇ 'ਚ ਇੱਕ ਲਫਜ਼ ਵੀ ਕਿਹਾ ਨਾ ਅਤੇ ਤੈਨੂੰ ਮੈਂ ਚੁਕਵਾ ਲੈਣਾ ਘਰੋਂ। ਤੂੰ ਜਿੱਥੇ ਵੀ ਰਹਿ, ਤੇਰੀ ਇੱਕ ਇੱਕ ਹਰਕਤ ਦਾ ਮੈਨੂੰ ਪਤਾ ਲੱਗਦਾ, ਅਤੇ ਜਿੱਥੇ ਤੂੰ ਜਾਣਾ ਮੇਰੇ ਕੋਲ ਲੋਕੇਸ਼ਨ ਆਉਂਦੀ ਹੈ, ਠੀਕ ਹੈ ਨਾ? ਅਤੇ ਮੈਂ ਤੈਨੂੰ ਲਾਸਟ ਵਾਰਨਿੰਗ ਦਿੰਦਾ ਪਿਆ, ਅਤੇ ਤੈਨੂੰ ਇੰਨੀਆਂ ਜੁੱਤੀਆਂ ਮਾਰਨੀਆਂ ਨਾ, ਅੱਗੇ ਹਵਾਰੇ ਨੇ ਉਹਨੂੰ ਕੰਬਲ ਕੁੱਟ ਕੀਤੀ ਸੀ ਅਸੀਂ ਬੜੀ ਚੰਗੀ ਤਰ੍ਹਾਂ, ਅਤੇ ਜੇ ਤੂੰ ਬਾਅਦ ਨਾ ਆਇਆ ਤੈਨੂੰ ਕੰਬਲ ਕੁੱਟ ਨਹੀਂ, ਤੈਨੂੰ ਡਾਇਰੈਕਟ ਆਤਮ ਸੰਸਕਾਰ ਕਰਾਂਗੇ ਤੇਰਾ। ਤੈਨੂੰ ਲਾਸਟ ਵਾਰਨਿੰਗ ਦਿੰਦਾ ਪਿਆ। ਅਤੇ ਆ ਸੂਰੀ ਵਰਗੇ ਜਿਹੜੇ ਚਾਰ ਛਿੱਲੜ ਤੂੰ ਨਾਲ ਲੈ ਕੇ ਫਿਰਦਾ ਨਾ, ਇਹਨਾਂ ਨੂੰ ਅਸੀਂ ਉੱਥੇ ਠੋਕਣਾ, ਇਹਨਾਂ ਦੀ ਅਰਥੀ ਵੀ ਨਹੀਂ ਲੱਭਣੀ ਤੁਹਾਨੂੰ। ਤੈਨੂੰ ਮੈਂ ਆਖਰੀ ਵਾਰੀ ਸਮਝਾਉਣ ਡਿਆ ਹੈ, ਸਮਝ ਗਿਆ ਤਾਂ ਠੀਕ ਆ, ਨਹੀਂ ਤਾਂ ਤੇਰੀ ਅਰਥੀ ਨੂੰ ਅਗਨੀ ਦੇਣ ਵਾਲਾ ਕੋਈ ਨਹੀਂ ਲੱਭਣਾ। ਆਖਰੀ ਵਾਰੀ ਮੈਂ ਤੈਨੂੰ ਕਹਿਣ ਡਿਆ, ਨਾ ਗੁਰਪਤਵੰਤ ਸਿੰਘ ਬੰਨੂ ਦੇ ਬਾਰੇ 'ਚ ਬੋਲਣਾ, ਨਾ ਖਾਲਿਸਤਾਨ ਦੇ ਬਾਰੇ 'ਚ ਬੋਲਣਾ, ਨਾ ਪਰਮਜੀਤ ਬਾਰੇ 'ਚ ਬੋਲਣਾ, ਨਾ ਕਿਸੇ ਸਿੱਖ ਧਰਮ ਦੇ ਬਾਰੇ 'ਚ ਬੋਲਣਾ, ਠੀਕ ਹੈ ਨਾ? ਤੈਨੂੰ ਆਖਰੀ ਵਾਰੀ ਸਮਝਾਉਣ ਡਿਆ, ਅਤੇ ਕਾਲ ਚੱਕ ਅਤੇ ਫਿਰ ਤੈਨੂੰ ਮੈਂ ਦੱਸੂ ਕੀ ਹੁੰਦਾ। ਹਿੰਮਤ ਹੈ ਤਾਂ ਕਾਲ ਚੱਕ, ਅਤੇ ਬੰਦੇ ਦਾ ਪੁੱਤਰ ਹਾਂ ਤੇ, ਜੇ ਤੇ ਸਮਝਦਾ ਵੀ ਤੂੰ ਬਹੁਤ ਵੱਡਾ ਆਪਣਾ ਧਰਮ ਵਿਚਾਰੀ ਆ ਅਤੇ ਬਹੁਤ ਸੰਸਕਾਰੀ ਬੰਦਾ, ਕਾਲ ਚੱਕ ਫਿਰ ਹਿੰਮਤ ਕਰ। ਹੋਣ ਦਾ ਕੁੱਤਾ।